ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਵੱਲੋਂ ਗੁਰਦੁਆਰਾ ਛੇਵੇਂ ਪਾਤਸ਼ਾਹ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਗਿਆ ਸਨਮਾਨ। ਇਸ ਮੌਕੇ ਪ੍ਰਧਾਨ ਏਕਮ ਸਿੰਘ, ਗੁਰਮੀਤ ਸਿੰਘ ਰਾਵਲਪਿੰਡੀ, ਤਜਿੰਦਰ ਸਿੰਘ, ਗੁਰਵਿੰਦਰ, ਪਰਮਿੰਦਰ, ਦਲਜੀਤ ਸਿੰਘ ਗ੍ਰੰਥੀ ਨੇ ਕੀਰਤਨ ਵੀ ਕੀਤਾ। ਵਤਨ ਕੀ ਰਾਹੇ ਤੋਂ ਪਵਨ ਪਿੰਕਾ ਨਾਲ ਧਰੂਵ ਕਲੂਚਾ ਦੀ ਰਿਪੋਰਟ। ਔਰ ਗੁਰੂ ਅਰਜਨ ਦੇਵ ਮਹਾਰਾਜ ਦੀ ਕਿੰਨੀ ਵੱਡੀ ਦੇਣ ਹੈ ਸਾਨੂੰ ਸਿੱਖ ਕੌਮ ਨੂੰ, ਕਿਉਂਕਿ ਕੇਂਦਰੀ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਿੱਤਾ, ਉਸ ਤੋਂ ਬਾਅਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਤ ਦੇ ਜਨਮ ਦੇ ਵਾਸਤੇ ਦਿੱਤਾ, ਉਸ ਤੋਂ ਬਾਅਦ ਆਪਣੀ ਬੋਲੀ ਭਾਸ਼ਾ ਸਾਨੂੰ ਦਿੱਤੀ, ਉਹਨਾਂ ਦਾ ਦੇਣਾ ਅਸੀਂ ਨਹੀਂ ਦੇ ਸਕਦੇ ਕਿਉਂਕਿ ਪ੍ਰਸ਼ਾਸਨ ਵੀ ਆਪਣੀ ਮਜ਼ਬੂਰੀ ਹੈ। ਉੱਥੋਂ ਹਦਾਇਤਾਂ ਹਨ ਕਿ ਸਾਰਿਆਂ ਨੇ ਘਾਟਾ ਨਹੀਂ ਹੋਣਾ, ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਮੂੰਹ ਢੱਕ ਕੇ ਰੱਖੀਏ, ਵਾਰ ਵਾਰ ਹੱਥ ਧੋਈਏ। ਇਹੀ ਜਿਹੜਾ ਹੁਣ ਅਸੀਂ ਆਪਣੀ ਜਾਨ ਆਪ ਬਚਾਉਣੀ ਹੈ, ਇਹ ਦਵਾਈ ਲੈ ਕੇ ਪ੍ਰਸ਼ਾਸਨ ਜਸਮੀਤ ਸਿੰਘ ਨੂੰ ਬੇਨਤੀ ਕਰਾਂਗਾ। ਬੋਲੇ ਬੋਲੇ ਸੋਨੇ।